ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਤਰੀਕਾ ਦਾ ਕੀਤਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 2025 ਦੀਆਂ 8ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦਾ ਤਰੀਕਾ ਦਾ ਐਲਾਨ ਕਰ ਦਿੱਤਾ ਹੈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋਣਗੀਆਂ 10ਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ 10 ਮਾਰਚ ਤੋਂ ਸ਼ੁਰੂ ਹੋਣਗੀਆਂ ਬੋਰਡ ਦੇ ਵੱਲੋਂ ਸਤਾਪਤ ਕੇਂਦਰਾ ਨੇ ਬੱਚਾ ਪ੍ਰੀਖਿਆ ਮਾਰ ਕਰਵਾਈਆਂ ਜਾਣਗੀਆਂ ਪੀਐਸਈਬੀ ਨੇ ਪ੍ਰੈਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਸਰਟੀਫਿਕੇਟ ਬਣਾਉਣ ਦੇ ਲਈ ਨਹੀਂ ਹੋਣਾ ਪਵੇਗਾ ਖਾਜਲ ਖੁਆਰ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਪਹਿਲ ਜਾਣੋ ਸੁਭਰੇ ਬੱਚਾ ਡਿਜੀਟਲ ਪ੍ਰਸ਼ਾਸਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਅਮਨ ਅਰੂੜਾ ਨੇ ਕੱਲ੍ਹ ਐਕਾ ਇਹ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੇ ਜਾਂ ਜਿਹਦੇ ਤਹਿਤ ਸਰਪੰਚਾਂ ਨੰਬਰਦਾਰਾਂ ਤੇ ਮਿਊਸਪਲ ਕਾਉਂਸਲਰਾਂ ਵੱਖ-ਵੱਖ ਸਰਟੀਫਿਕੇਟਾਂ ਦੇ ਲਈ ਅਰਜ਼ੀਆਂ ਦੇ ਆਨਲਾਈਨ ਤਸਦੀਕ ਕਰਨਗੇ ਇਹ ਨਵੀਂ ਪਹਿਲ ਕਦਮ ਇਹ ਨੂੰ ਸ਼ੁਰੂ ਕਰਨ ਵਾਲਾ ਪੰਜਾਬ ਦੇਖਦਾ ਪਹਿਲਾ ਸੂਬਾ ਬਣ ਗਿਆ ਤੇ ਜਿਹਦਾ ਉਦੇਸ਼ ਨਾਗਰਿਕਾਂ ਨੂੰ ਸਰਪੰਚਾਂ ਨੰਬਰਦਾਰਾਂ ਤੇ ਐ ਐਮ ਸੀਜ਼ ਤੋਂ ਦਾਸਤਕ ਕਰਵਾਉਣ ਦੇ ਲਈ ਉਹਨਾਂ ਦੇ ਕੋਲ ਬਾਰ-ਬਾਰ ਆਉਣ ਜਾਣ ਦੇ ਝੰਜੜ ਤੋਂ ਛਟਕਾਰਾ ਦਵਾਉਣਾ ਹੈ ਐਸਾ ਡਿਜੀਟਲ ਪੈਲ ਕਰਮੀਆਂ ਤਹਿਤ ਸਭ ਤੋਂ ਵੱਧ ਮੰਗ ਵਾਲੀਆਂ ਸੇਵਾਵਾਂ ਜਿਵੇਂ ਕਿ ਰਹਾਇਸ਼ੀ ਸਰਟੀਫਿਕੇਟਾ ਜਾਤੀ ਐਸ்சி ਬੀਸੀ ਓਬੀਸੀ ਸਰਟੀਫਿਕੇਟਾ ਆਮਦਨ ਸਰਟੀਫਿਕੇਟਾ ایਡਬਲਯੂਐਸਏ ਸਰਟੀਫਿਕੇਟ ਆਪਣਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਦੇ ਸੰਬੰਧੀ ਅਰਜ਼ੀਆਂ ਤਸਦੀਕ ਦੇ ਲਈ ਸਬੰਧਤ ਸਰਪੰਚ ਨੰਬਰਦਾਰ ਅਤੇ एमसी ਨੂੰ ਆਨਲਾਈਨ ਭੇਜੀਆਂ ਜਾਣ ਗਈਆਂ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਹਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਸੰਬੰਧੀ ਅਤੇ ਪਟਿਆਲਾ ਦੇ ਪੁਰਾਣੇ ਬਾਸ ਸਟੈਂਡ ਨੂੰ ਲੈ ਕੇ ਅਹਿਮ ਖਬਰ ਸੂਬਾ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ ਪੈਪਸੂ ਰੋਡਵੇਜ ਆ ਟ੍ਰਾਂਸਪੋਰਟ ਕਾਰਪੋਰੇਸ਼ਨ ਪੀਆਰਟੀ ਸ ਜਨਤਾ ਕਾ ਆਵਾਜ਼ੀ ਦੇ ਬਣਾਦੇ ਢਾਂਚੇ ਨੂੰ ਵਧਾਉਣਾ ਤੇ ਹੋਰ ਬਿਹਤਰ ਬਣਾਉਣ ਦੇ ਮੱਦੇ ਨਜ਼ਰ ਗੱਦੜ ਬਾਹਰ ਨੇੜਲੇ ਪਿੰਡਾ ਦੌਲਾ ਵਿਖੇ ਆਪਣੇ ਪਹਿਲੇ ਸਾਵੜੀਪੂ ਦੇ ਸਥਾਪਨਾ ਕਰਨ ਜਾ ਰੀਆ ਤਸ ਸੰਬੰਧੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘਾ ਭੁੱਲਰ ਨੇ ਦੱਸਿਆ ਕਿ ਸਰਕਾਰ ਦੇ ਜਨ ਤੱਕ ਬੱਸ ਸੇਵਾ ਨੂੰ ਹੋਰ ਬਿਹਤਰ ਬਣਾਉਣ ਦੀ ਵਚਨਬੱਧਤਾ ਦੇ ਤਹਿਤ 3.36 ਕਰੋੜ ਰੁਪਏ ਦੇ ਲਾਗਤ ਵਾਲਾ ਇਹ ਪ੍ਰੋਜੈਕਟ 31 ਜਨਵਰੀ 2025 ਤੱਕ ਮੁਕੰਮਲ ਕਰਕੇ ਚਾਲੂ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਸਗੋਂ ਸਥਾਨਕ ਲੋਕਾਂ ਦੇ ਇਹ ਚ ਰੋਕਣੀ ਮੰਗ ਨੂੰ ਵੀ ਸਿੱਧੇ ਤੌਰ ਤੇ ਹੱਲ ਕਰੇਗਾ ਪੱਛਮੀ ਗੜਬੜੀ ਦੇ ਕਾਰਨ ਵਿੜਗਾ ਪੰਜਾਬ ਦਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਪੈ ਸਕਦਾ ਮੀਂਹ ਉਤਰੀ ਭਾਰਤ ਦੇ ਮንዳਨੀ ਇਲਾਕਿਆਂ ਦੇ ਵਿੱਚ ਸਵੇਰਾ ਤੇ ਰਾਤ ਨੂੰ ਕਾਫੀ ਠੰਡ ਹੁੰਦੀ ਆ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਫਿਲਹਾਲ ਜ਼ਿਆਦਾ ਤੌਂਦਾ ਨਹੀਂ ਪਈਆ ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਹਲ ਸੀਮਾ ਦੇ ਵਿੱਚ 140 ਮਿਲੀਮੀਟਰ ਅਤੇ ਤੱਟਵਰਤੇ ਆਂਧਰਾ ਪ੍ਰਦੇਸ਼ ਅਤੇ ਯਨਮ ਦੇ ਵਿਚ ਵਿਚ 80 ਮਿਲੀਮੀਟਰ بارش ਦਰਜ ਕੀਤੀ ਕਿ ਮੌਸਮ ਵਿਭਾਗ ਨੇ ਕਹਿ ਕੇ ਦਿੱਲੀ ਐਨਸੀਆਰ ਦੇ ਨਾਲ ਨਾਲ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਜਲਦੀ ਕੜਾਕਰੇ ਠੰਡ ਪੈ ਸਕਦੇ ਮੌਸਮ ਵਿਭਾਗ ਨੇ ਕਹਿ ਕੇ Rajasthan ਦੇ ਪੱਛਮੀ ਹਿੱਸੇ ਵਿੱਚ 7 ਦਸੰਬਰ ਅਤੇ ਪਹਾੜੀ ਖੇਤਰਾਂ ਵਿੱਚ 8 ਦਸੰਬਰ ਨੂੰ 9 ਪੱਛਮੀ ਗੜਬੜੀ ਬਣਨ ਦੀ ਸੰਭਾਵਨਾ ਹੈ ਇਸ ਕਾਰਨ ਆਸ ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਦੇ ਨਾਲ-ਨਾਲ ਭਾਰੀ ਬਰਬਰ ਦੀ ਸੰਭਾਵਨਾ ਮੈਦਾਨੀ ਇਲਾਕਿਆਂ ਵਿੱਚ ਆ ਠੰਡ ਦਾ ਪੱਧਰ ਵਧ ਸਕਦਾ ਹੈ ਪੰਜਾਬ ਹਰਿਆਣਾ ਦੇ ਉੱਤੇ ਵੀ ਇਹਦਾ ਅਸਰ ਹੋਵੇਗਾ ਇਸ ਦੇ ਲਈ ਅਗਲੇ ਦਿਨਾਂ ਵਿੱਚ ধੂਮਾ ਸੁਭਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਸਰਕਾਰੀ ਛੁੱਟੀ ਬੰਦ ਰਹਿਣਗੇ ਸਕੂਲ ਅਤੇ ਕਾਲਜ ਅਤੇ ਦਫ਼ਤਰ ਪੰਜਾਬਗਾਂ ਦੇ ਲਈ ਇਹ ਮਹੱਤਵ ਖਬਰ ਸਾਹਮਣੇ ਆ ਰਹੀ ਆ ਪੰਜਾਬ ਦੇ ਵਿੱਚ ਇੱਕ ਹੋਰ ਛੁੱਟੀ ਹੈ ਪੰਜਾਬ ਦੇ ਵਿੱਚ ਅੱਜ ਜਾਨਕਿ 6 ਦਸੰਬਰ ਨੂੰ ਛੁੱਟੀ ਸਰਕਾਰੀ ਰਹਿਣ ਵਾਲੀਆ ਤਹਿਜ਼ੇ ਲਈ ਜੇਕਰ ਤੁਸੀਂ 6 ਦਸੰਬਰ ਨੂੰ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਕੰਮ ਸੰਬੰਧੀ ਜਾਣ ਵਾਲੇ ਹੋ ਤਾਂ ਨਾ ਜਾਓ ਕਿਉਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅੱਜ ਸਰਕਾਰੀ ਛੁੱਟੀ ਹੁਣ ਕਰਕੇ ਸਾਰੇ ਸਰਕਾਰੀ ਦਫ਼ਤਰ ਜਿਹੜੇ ਬੰਦ ਰਹਿਣਗੇ ਇਸ ਕਾਰਨ ਸਰਕਾਰੀ ਦਫ਼ਤਰ ਬੂਡਾ ਕਾਰਪੋਰੇਸ਼ਨ ਅਤੇ ਹੋਰ ادارے ਬੰਦ ਰਹਿਣਗੇ ਦੱਸਦੀ ਹੈ ਕਿ 6 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਇਸ ਮੌਕੇ ਤੇ ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਛੁੱਟੀ ਰਹਿਣ ਵਾਲੀ ਹੈ। ਸੁਖਬੀਰ ਤੇ ਹੋਏ ਕਾਤਲਾਨਾ ਹਮਲੇ ਤੋਂ ਆਕਾਲੀ ਦਲ ਨੇ ਸਦੀ ਹੰਗਾਮੇ ਮੀਟੰਗਾ ਲਿਆਇਆ ਜਾਵੇਗਾ ਕੋਈ ਸਖਤ ਫੈਸਲਾ। ਤਾਂ ਦੋਸਤੋ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੁਲਿਸ ਅਤੇ ਆਪ ਸਰਕਾਰ ਅਮਨ ਨੂੰ ਸਾਹਮਣੇ ਹੋ ਗਿਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੈ ਕੇ ਆਪ ਲੀਡਰਸ਼ਿਪ ਹਤੇ ਮੰਤਰੀ ਸੁਖਬੀਰ ਵੀ ਜਾਨ ਬਚਾਉਂਦਾ ਸਿਰਾ ਪੰਜਾਬ ਸਰਕਾਰ ਨੂੰ ਦੇ ਰਿਹਾ ਨੇ ਜਦੋਂ ਕਿ ਆਕਾਲੀ ਲੀਡਰ ਐਸ ਨੂੰ ਪੰਜਾਬ ਸਰਕਾਰ ਦੇ ਨਾਕਾਮੀ ਕਹਿ ਰਹੇ ਨੇ ਐਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਕੋਰ ਕਮੇਟੀ ਦੇ ਹੰਗਾਮ ਮੀਟਿੰਗ ਆਜਾ 6 ਦਸੰਬਰ ਨੂੰ ਬਾਅਦ ਦੁਪਹਿਰ 3:30 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਹੈ ਇਸ ਦੇ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਆਪੂੰਦੜਾ ਕਰਨਗੇ ਸੁਖਵੀਰ ਸਿੰਘ ਬਾਦਲ ਤੇ ਅਮਰ ਸਰਦ ਦੇ ਵਿਚ ਹੋਏ ਕਾਤਲਨ ਹਮਲੇ ਬਾਰੇ ਚਰਚਾ ਕੀਤੀ ਜਾਵੇਗੀ 1 ਜਨਵਰੀ ਤੋਂ ਪੰਜਾਬ ਬੰਗਾਂ ਨੂੰ ਨਹੀਂ ਖਾਣੇ ਪਣਗੇ ਸਰਕਾਰੀ ਦਫ਼ਤਰਾਂ ਦੇ ਧੱਕੇ 95 ਨੰਗਾਂ ਸੇਵਾਵਾਂ ਹੋਣ ਗਈਆਂ ਆਨਲਾਈਨ ਜਾਣੋ ਕੀ ਕੀ ਮਿਲੇਗੀ ਸਹੂਲਤਾਂ 1 ਜਨਵਰੀ ਤੋਂ ਪੰਜਾਬ ਦੇ ਵਿੱਚ ਵੈਰੀਫਿਕੇਸ਼ਨ ਦੇ ਨਾਲ ਸਬੰਧਤ ਸਾਰੀਆਂ ਸੇਵਾਵਾਂ ਆਨਲਾਈਨ ਉਪਲਬਧ ਹੋਣ ਗਈਆਂ ਆਫਲਾਈਨ ਵੈਰੀਫਿਕੇਸ਼ਨ ਬੰਦ ਹੋ ਜਾਵੇਗੀ ਇਸ ਸਬੰਧੀ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇਹ ਜਾਣਕਾਰੀ ਪੰਜਾਬ ਦੇ ਕੈਬਨਟ ਮੰਤਰੀ ਅਮਨਾ ਅਰੂੜਾ ਨੇ ਚੰਡੀਗੜ੍ਹ ਦੇ ਸੈਕਟਰ ਸ਼ਬੀਰ ਬੇਚਾ ਦਾ ਪ੍ਰੋਗਰਾਮ ਦਰਾਂ ਦਿੱਤੀ। ਇਸ ਦਰਾਂ ਉਹਨਾਂ ਨੇ ਛੇ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਦੀ ਵੈਰੀਫਿਕੇਸ਼ਨ ਦੇ ਨਾਲ ਸਬੰਧਤ ਪ੍ਰੋਜੈਕਟ ਲਾਂਚ ਕੀਤਾ। ਉਹਨਾਂ ਦਾਅਵਾ ਕੀਤਾ ਕਿ ਇਸ ਦੇ ਨਾਲ ਲੋਕਾਂ ਨੂੰ ਸਰਕਾਰੀ ਦਸਤਾਵੇਜ਼ਾਂ ਦੇ ਖੱਜਲ-ਖੁਆਰੀ ਤੋਂ ਮੁਕਤੀ ਮਿਲੇਗੀ। ਇਸ ਤੋਂ ਇਲਾਵਾ ਉਹਨਾਂ ਦੇ ਸਮੇਂ ਅਤੇ ਪੈਸੇ ਦੀ ਵੀ ਬਚਤ ਹੋਵੇਗੀ ਕੰਮ ਦੇ ਬੇਚਾ ਪਾਰਦਰਸ਼ਤਾ ਆਵੇਗੀ। ਪੰਜਾਬ ਇਸ ਤਰ੍ਹਾਂ ਕੰਮ ਕਰਨ ਵਾਲਾ ਦੇਖਦਾ ਪਹਿਲਾ ਸੂਬਾ ਬਣ ਗਿਆ ਹੈ। ਆਮਣਾ ਅਰੁੜੰਦਸਾ ਕੇ ਸਰਕਾਰ ਜਲਦੀ ਕਈ ਵਿਭਾਗਾਂ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ 95 ਸੇਵਾਵਾਂ ਨੂੰ ਆਨਲਾਈਨ ਕਰਨ ਜਾ ਰਹੀਆਂ ਜੋ ਕਿ ਲੰਬੇ ਸਮੇਂ ਤੋਂ ਆਫਲਾਈਨ ਚੱਲ ਰੀਆਂ ਹਨ ਗਾਇਕਾ ਗਿੱਪੀ ਗਰੇਵਾਲ ਤੋਂ ਫਰੋਥੇ ਮੰਗਣ ਵਾਲੇ ਦੋ ਗੈਂਗਸਟਰ ਦਲਪ੍ਰੀਤ ਬਾਬਾ ਤੇ ਸੁਖਪ੍ਰੀਤ ਬੁੱਢਾ ਬਰੀ ਜਾਨੂਪੁਰਾ ਮਾਮਲਾ ਪੰਜਾਬੀ ਮਿਊਜ਼ਿਕ ਦਾ ਜਾਗਤਾ ਦੇ ਨਾਮੀ ਗਾਇਕਾ ਤੇ ਐਕਟਰ ਗਿੱਪੀ ਗਰੇਵਾਲ ਨੂੰ ਫਰੋਥੇ ਦੇ ਧਮਕੀ ਮਾਮਲੇ ਦੇ ਵਿੱਚ ਅਦਾਲਤ ਨੇ ਦੋ ਗੈਂਗਸਟਰਾਂ ਨੂੰ ਬਰੀ ਕਰ ਦਿੱਤਾ ਦੋਵਾਂ ਗੈਂਗਸਟਰਾਂ ਦੇ ਨਾਮ ਦਲਪ੍ਰੀਤ ਬਾਬਾ ਤੇ ਸੁਖਪ੍ਰੀਤ ਬੁੱਢਾ ਤੇ ਜਿਨ੍ਹਾਂ ਨੂੰ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਮਹਾਲੀ પોલીસ ਅਦਾਲਤ ਵਿੱਚ ਅਗਿੱਪੀ ਗਰੇਵਾਲ ਨੂੰ ਫਰੋਦ ਤੇ ਮੰਗਨ ਦੀ ਗੱਲ ਸਾਬਤ ਨਹੀਂ ਕਰ ਸਕੇ ਜੈਸ ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਉਦਰਾ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਬੰਬੇਹਾ ਗਰੁੱਪ ਚਲਾਉਣ ਵਾਲੇ ਲੱਕੀ ਪਟਿਆਲ ਦੇ ਪਤਨੀ ਰੇਨ ਨੂੰ ਪਗੌੜਾ ਅਕਰਾਰ ਦੇ ਦਿੱਤਾ ਹੈ ਅਗਲੀ ਖਬਰ ਦਿੱਲੀ ਕੂਚ ਤੋਂ ਪਹਿਲਾ ਪੰਜਾਬ ਪੁਲ ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨਾਂ ਦੇ ਨਾਲ ਕੀਤੇ ਮੁਲਾਕਾਤ ਜਾਣੋ ਕਿਹੜੇ ਮੁੱਦਿਆਂ ਤੇ ਹੋਈ ਚਰਚਾ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਚੱਲਦਿਆਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਸ਼ੰਭੂ ਬਾਰਡਰ ਤੇ ਹਰਿਆਣਾ ਤੰਗ ਹੋਰ ਸਰਹੱਦਾਂ ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਜਿਸ ਦੇ ਵਿਚਕਾਰ ਕੱਲ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਸ਼ੰਭੂ ਸਰਹਦ ਤੇ ਕਿਸਾਨਦ ਨਾਲ ਮੀਟਿੰਗ ਕੀਤੀ ਗਈ ਐਸ ਦਰਾਨ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਬਾਰਤ ਤੇ ਕਿਸਾਨਾਂ ਤੇ ਦਿੱਲੀ ਮਾਰਚ ਦੇ ਐਲਾਨ ਨੂੰ ਲੈ ਕੇ ਡੀਆਈਜੀ ਅਰੇਂਜਾ ਪਟਿਆਲਾ ਮਨਦੀਪ ਸੰਘਾ ਸਿੱਧੂ ਐਸਐਸਪੀ ਪਟਿਆਲਾ ਨਾਨਕਾ ਸੰਘਾ ਤੇ ਹੋਰ ਆ ਪੁਲਿਸ ਅਧਿਕਾਰੀਆਂ ਨੇ ਸ਼ੰਭੂ ਸਰਹਦ ਤੇ ਕਿਸਾਨਦ ਨਾਲ ਮੀਟਿੰਗ ਕੀਤੀ ਜ਼ਿਕਰ ਕਰਦੀ ਹੈ ਕਿ ਕਿਸਾਨਾਂ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਸ਼ੁੱਕਰਵਾਰ 6 ਦਸੰਬਰ ਨੂੰ ਦਿੱਲੀ ਮਾਰਚ ਕਰਨ ਦਾ ਫੈਸਲਾ ਕੀਤਾ ਤੇ ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਤੋਂ ਹੁਕਮਾਂ ਦੀ ਕਾਪੀ ਮੰਗਿਆ ਕਿਸਾਨਾਂ ਨੇ ਸਪਸ਼ਟ ਕਿਹਾ ਕਿ ਉਹ 6 ਤਰੀਕ ਨੂੰ ਜੱਥਿਆਂ ਦੇ ਰੂਪਰੇ ਵਿੱਚ ਅੱਗੇ ਵਧਣਗੇ ਪੰਜ ਨਗਰ ਨਗਮਾ ਤੇ 44 ਮਿਊਸਪਲ ਕਮੇਟੀਆਂ ਦੀਆਂ ਚੋਣਾਂ ਦੇ ਲਈ ਦਾਸਤਾ ਵੇਜਾਂ ਦੇ ਸੂਚੀ ਜਾਰੀ ਜਾਣੋ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਲਦ ਹੀ ਪੰਜਾਬ ਦੇ ਵਿੱਚ ਪੰਜ ਨਗਰ ਨਗਮਾ ਅਮਰਸਰ ਜਲੰਧਰ ਫਗਵਾੜਾ ਲੋਹੜਾ ਤੇ ਪਟਿਆਲਾ ਤੇ 44 ਮਿਊਸਪਲ ਕਮੇਟੀਆਂ ਤੇ ਨਗਰ ਪੰਚਾਇਤਾਂ ਦੀ ਆਮ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਇਸ ਤੋਂ ਇਲਾਵਾ ਵੱਖ-ਵੱਖ ਨਗਰਪਾਲਿਕਾਵਾਂ ਤੇ ਨਗਮਾ ਦੇ ਬਾਰਡਾਂ ਦੀਆਂ ਕੁੱਝ ਜਿਮਣੀ ਚੋਣਾਂ ਵੀ ਕਰਵਾਈਆਂ ਜਾਣਗੀਆਂ ਲੋਕਾਂ ਦੀ ਜਾਣਕਾਰੀ ਹੈ ਤਾਂ ਪੰਜਾਬ ਰਾਜ ਐ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਜੋ ਇਨ੍ਹਾਂ ਚੋਣਾਂ ਦੇ ਲਈ ਉਮੀਦਵਾਰ ਦੇ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ 26 ਦੇ ਵਿੱਚ ਨਾਮਜ਼ਦਗੀ ਪੱਤਰ ਅਤੇ ਹਲਪਿਆ ਬਿਆਨ ਅਨੁਸੂਚੀ 99 ਮਕਮਲ ਜਾਣਕਾਰੀ ਸਮੇਤ ਚਾਲਤ ਅਤੇ ਅਚਾਲਤ ਜਾਇਦਾਦ ਦੇ ਬਿਰਬੇ ਅਦਾਲਤਾਂ ਵਿੱਚ ਲੰਬਤਾਂ ਕੇਸਾਂ ਦੇ ਬਿਰਬੇ ਜੇ ਕੋਈ ਹੈ ਵਿਧਾਇਕਾ ਯੋਗਤਾ ਜਾਇਦਾਦ ਅਤੇ ਦੇਣਦਾਰੀਆਂ ਦੇ ਬਿਰਬੇ ਉਹ ਤਾਂ ਕਮਿਸ਼ਨਰ ਪਹਿਲੇ ਦਰਜੇ ਦੇ ਕਾਰਜਕਾਰੀ ਮੈਜਿਸਟ੍ਰੇਟ ਜਾਂ ਨੋਟਰੀ ਪਬਲਿਕ ਤੋਂ ਪ੍ਰਮਾਣਿਤ ਅਤੇ ਐਸਬੀਸੀ ਸਰਟੀਫਿਕੇਟ ਜੇ ਲਾਗੂ ਹੋਵੇ